ਥੋੜਾ ਨਰੇਡੀ ਦੇ ਸਤਕਾਰ ਸ੍ਰੋਤੋ ਥੋੜੀ ਦੇਰ 5 ਮਿੰਟ ਮੈਂ ਕਾਲ ਨਹੀਂ ਲਵਾਵਾਂਗਾ ਇਸ ਦੌਰਾਨ ਆਪਾਂ ਗੱਲਬਾਤ ਕਰਨੀ ਹੈ ਪ੍ਰੋਫੈਸਰ ਜੋਇਆ ਹਸਨ ਹੋਰਾਂ ਦਾ ਇੱਕ ਆਰਟੀਕਲ ਹੈ ਰਿਜ਼ਰਵੇਸ਼ਨ ਨੂੰ ਲੈ ਕੇ ਜਿਹੜਾ ਹਾਲੀਆ ਰਫਰਡ ਪਿਆ ਉਸ ਮੁਤਲਕ ਇਹ ਜੋਇਆ ਹਸਨ ਪ੍ਰੋਫੈਸਰ ਸਾਹਿਬ ਨੇ ਵੀ ਵੀ ਜੋ ਪ੍ਰੋਫੈਸਰ ਐਮੀਰਟ ਨੇ ਸੈਂਟਰ ਫਾਰ ਪੋਲਿਟੀਕਲ ਸਟੱਡੀਜ਼ ਜੀ ਐਨ ਯੂ ਯੂਨੀਵਰਸਿਟੀ ਦਿੱਲੀ ਦੇ ਉਹਨਾਂ ਨੇ ਹਾਲੀਆ ਰਿਜ਼ਰਵੇਸ਼ਨ ਦੇ ਵਿੱਚ ਜੋ ਰੌਲਾ ਦੇਸ਼ ਦੇ ਵਿੱਚ ਪਿਆ ਕੱਲ ਜਿਸ ਤਰ੍ਹਾਂ ਬੰਦ ਸੀ ਉਸ ਬਾਰੇ ਲਿਖਿਆ ਕਿ ਉਪ ਵਰਗੀਕਰਨ ਦਾ ਤਰਕ ਅਤੇ ਸਮਾਜਿਕ ਨਿਆਂ ਜਿਹੜਾ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਚੱਲੀ ਹੈ ਦੇ ਮਾਨੇ ਕੀ ਨੇ ਲਿਖਦੇ ਨੇ ਜੋਇਆ ਹਸਨ ਪ੍ਰੋਫੈਸਰ ਸਾਪਕੇ ਲੋਕ ਸਭਾ ਦੇ ਵਿੱਚ ਰੋਹਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ਸਮਾਜਿਕ ਨਿਆਂ ਤੇ ਜਾਤੀ ਗਣਨਾ ਦੇ ਮੁੱਦੇ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਪਰ ਇਸ ਦੇ ਨਾਲ ਹੀ ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਸਟੇਟ ਬਨਾਮ ਦਵਿੰਦਰ ਸਿੰਘ ਇੱਕ ਕੇਸ ਆਇਆ ਜਿਸ ਦੇ ਵਿੱਚ ਇਹ ਸਾਰਾ ਮਸਲਾ ਸਾਹਮਣੇ ਆਇਆ ਪੰਜਾਬ ਸਟੇਟ ਬਨਾਮ ਦਵਿੰਦਰ ਸਿੰਘ ਕੇਸ ਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਵਿੱਚ ਉਪ ਵਰਗੀਕਰਨ ਦੇ ਸੰਵਿਧਾਨਕ ਮੁੱਦੇ ਤੇ ਆਪਣਾ ਫੈਸਲਾ ਲਾਉਂਦਿਆਂ ਰਾਖਵਾ ਕਰਨ ਦੇ ਮੰਤਵ ਲਈ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਜਾਨੀ ਐਸਸੀ ਤੇ ਐਸਟੀ ਦੇ ਅੰਦਰ ਉਪ ਵਰਗੀਕਰਨ ਦੀ ਖੁੱਲ੍ਹ ਦੇ ਦਿੱਤੀ ਤੇ ਪੰਜਾਬ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਸਵਾਵਾ ਤੇ ਰਾਖਵਾ ਕਰਨ ਕਾਨੂੰਨ 2006 ਦੀ ਸੰਵਿਧਾਨਕਤਾ ਨਾਲ ਜੁੜਿਆ ਇਹ ਕੇਂਦਰੀ ਸਵਾਲ ਹੈ ਕਿ ਰਾਜ ਦੇ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵਾ ਕਰਨ ਦੇਣ ਲਈ ਵਾਲਮੀਕੀ ਤੇ ਮਜਵੀ ਸਿੱਖਾਂ ਨੂੰ ਪ੍ਰਥਮ ਤਰਜੀਹ ਦੇਣ ਦੀ ਨੀਤੀ ਦੇ ਤਹਿਤ ਅਨੁਸੂਚਿਤ ਜਾਤੀਆਂ ਦਾ ਉਪ ਵਰਗੀਕਰਨ ਕੀਤਾ ਗਿਆ ਜਾਨੀ ਵਾਲਮੀਕ ਤੇ ਮਜਵੀ ਸਿੱਖਾਂ ਨੂੰ ਪ੍ਰਥਮ ਤਰਜੀਹ ਦੇਣ ਦੀ ਨੀਤੀ ਦੇ ਤਹਿਤ ਅਨੁਸੂਚਿਤ ਜਾਤੀਆਂ ਦਾ ਉਪ ਵਰਗੀਕਰਨ ਜਾਨੀ ਕਾਸਟ ਦੇ ਵਿੱਚ ਕਾਸਟ ਨੂੰ ਕੋਟਾ ਹੋਰ ਨਾ ਪਛੜੀਆਂ ਸ਼੍ਰੇਣੀਆਂ ਤੋਂ ਇਸ ਸੂਲ ਨੂੰ ਅਨੁਸੂਚਿਤ ਜਾਤੀਆਂ ਤੱਕ ਵਿਸਤਾਰਦੇ ਹਾਂ ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀਆਂ ਅੰਦਰ ਰਾਜ ਸਰਕਾਰ ਵੱਲੋਂ ਉਪਵਰਗ ਬਣਾਉਣ ਦੀ ਆਗਿਆ ਦੇਣ ਵਾਲੇ ਈਵੀ ਚਨਈਆ ਬਨਾਮ ਆਂਧਰਾ ਪ੍ਰਦੇਸ਼ ਰਾਜ ਦੇ ਕੇਸ ਦੇ ਵਿੱਚ ਆਏ 2004 ਦੇ ਫੈਸਲੇ ਨੂੰ ਉਲੱਦ ਦਿੱਤਾ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਦਲਿਤ ਵਿਦਵਾਨ ਆਸਾਂਗ ਵਾਨਖੇੜੇ ਨੇ ਆਪਣੇ ਇੱਕ ਹਾਲੀਆ ਲੇਖ ਦੇ ਵਿੱਚ ਇਹ ਦਲੀਲ ਦਿੱਤੀ ਹੈ ਕਿ ਅਜਿਹਾ ਕਰਦੇ ਹੋਏ ਅਦਾਲਤ ਅਨੁਸੂਚਿਤ ਜਾਤੀਆਂ ਅੰਦਰ ਪਛੜੇਪਣ ਦੀ ਸਮਰੂਪਤਾ ਦੀ ਧਾਰਨਾ ਰੱਦ ਕਰਦੀ ਹੈ ਅਨੁਸੂਚਿਤ ਜਾਤੀਆਂ ਦੇ ਅਗੜੇਪਣ ਦੀ ਸਮਰੂਪਤਾ ਨੂੰ ਫਰੋਖ ਦਿੰਦੀ ਹੈ ਆਜ਼ਾਦੀ ਤੋਂ ਲੈ ਕੇ ਰਾਖਵਾ ਕਰਨ ਨਾਲ ਮੁਤਲਕ ਨੀਤੀ ਬਹਿਸ ਦੇ ਵਿੱਚ ਤਿੰਨ ਮੁੱਦੇ ਪਾਰੂ ਰਹੇ ਨੇ ਪਹਿਲਾ ਮੁੱਦਾ ਇਹ ਪਾਰੂ ਰਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਜਾਤੀ ਸਮੂਹ ਦੇ ਰੂਪ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਆਰਥਿਕ ਅਤੇ ਕਸਵੀ ਪੈਮਾਨੇ ਦੇ ਰੂਪ ਦੇ ਵਿੱਚ ਵੇਖਿਆ ਜਾਵੇ ਦੂਜਾ ਪੱਖ ਇਹ ਹੈ ਕਿ ਇਹਨਾਂ ਸਮੂਹਾਂ ਦਾ ਸੂਚੀਕਰਨ ਜਾਂ ਤਰਜੀਹ ਕੁੱਲ ਹਿੰਦ ਪੱਧਰ ਤੇ ਕੀਤਾ ਜਾਣਾ ਚਾਹੀਦਾ ਜਾਂ ਰਿਜ਼ਰਵੇਸ਼ਨ ਸੂਬੇ ਪੱਧਰ ਤੇ ਹੋਣੀ ਚਾਹੀਦੀ ਹੈ ਤੀਸਰਾ ਚਿੰਤਾ ਇਸ ਢਾਂਚੇ ਤੋਂ ਹੋਰ ਵਾਂਝੇ ਸਮੂਹਾਂ ਨੂੰ ਬਾਹਰ ਕੱਢਣ ਦੀ ਹੈ ਕਿ ਜਾਤ ਵਰਗ ਧਾਰਮਿਕ ਭਾਈਚਾਰੇ ਅਤੇ ਲਿੰਗ ਦੇ ਵਧੇਰੇ ਗੁੰਝਲਦਾਰ ਮਾਪਦੰਡ ਜਾਤ ਆਧਾਰਿਤ ਰਾਖਵਾ ਕਰਨ ਨਾਲੋਂ ਹੱਕ ਦੇ ਆਧਾਰ ਤੇ ਬਣਨੇ ਚਾਹੀਦੇ ਨੇ ਕਿਉਂਕਿ ਅਸਲ ਵਿਹਾਰ ਅਤੇ ਵਿਆਖਿਆ ਪੱਖੋਂ ਪਛੜੀਆਂ ਸ਼੍ਰੇਣੀਆਂ ਪਛੜੀਆਂ ਜਾਤੀ ਹਿੰਦੂਆਂ ਦੇ ਸਮਾਨ ਬਣ ਗਈਆਂ ਨੇ ਜਾਤੀ ਸਮੂਹਾਂ ਖਾਸ ਕਰਕੇ ਹੋਰ ਨਾ ਪਛੜੇ ਤਬਕਿਆਂ ਜਿਹੜੇ OBCs ਨੇ ਉਹਨਾਂ ਦੇ ਅੰਦਰ ਆਰਥਿਕ ਤੇ ਸਮਾਜਿਕ ਗਤੀਸ਼ੀਲਤਾ ਨੂੰ ਮਾਨਤਾ ਦੇਣ ਲਈ ਅਧਿਕਾਰਤ ਸ਼੍ਰੇਣੀਆਂ ਦੇ ਵਿੱਚ ਬਦਲਾਅ ਲਿਆਉਣ ਦੇ ਲਈ ਸਮੇਂ-ਸਮੇਂ ਦਬਾਅ ਪੈਦਾ ਹੁੰਦਾ ਰਿਹਾ ਇਸ ਲਈ ਵਖਰੇਵੇਂ ਦੇ ਮਾਪਦੰਡ ਨੂੰ OBCs ਤੇ ਲਾਗੂ ਕਰਨਾ ਔਖਾ ਹੈ ਅਤੇ ਸਿਆਸੀ ਅਤੇ ਆਰਥਿਕ ਪ੍ਰਭਾਵ ਵਾਲੇ ਭਾਈਚਾਰਿਆਂ ਨੂੰ ਲਾਹ ਪ੍ਰਣਾਲੀ ਤੋਂ ਬਾਹਰ ਕਰਨ ਲਈ ਸਖਤ ਫੈਸਲੇ ਲੈਣਾ ਜੇ ਸੰਭਵ ਨਹੀਂ ਤਾਂ ਔਖਾ ਜ਼ਰੂਰ ਹੋ ਗਿਆ ਅਨਸੂਚਿਤ ਜਾਤੀਆਂ ਲਈ ਵੀ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ ਹਾਲਾਂਕਿ ਜਾਤੀ ਅਤੇ ਭਾਈਚਾਰਿਆਂ ਦੇ ਵਿੱਚ ਆਰਥਿਕ ਵਖਰੇਵੇਂ ਦੇ ਸਵਾਲ ਨੂੰ ਹੱਲ ਕਰਨ ਦੀ ਲੋੜ ਹੈ ਉਪ ਵਰਗੀਕਰਨ ਦੀ ਬਹਿਸ ਇਸ ਸਵਾਲ ਨੂੰ ਸਾਹਮਣੇ ਰੱਖ ਕੇ ਮੁਖਾਤਬ ਹੁੰਦੀ ਹੈ ਕਿ ਕੀ ਅਨਸੂਚਿਤ ਜਾਤੀਆਂ اپنی રચਨਾ ਪੱਖੋਂ ਇੱਕ ਸਮਾਨ ਸ਼੍ਰੇਣੀ ਨੇ ਅਦਾਲਤ ਨੇ ਅਸਲ ਸਮਾਨਤਾ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਉਹਨਾਂ ਦੇ ਵਿੱਚ ਵਧੇਰੇ ਪਛੜੇ ਲੋਕਾਂ ਨੂੰ ਵਰਗੀਕਰਨ ਤੇ ਤਰਜੀਹੀ ਸਲੂਕ ਦੇਣ ਲਈ ਵਿਭਿੰਨਤਾ ਦੇ ਲਿਹਾਜ਼ ਤੋਂ ਧੋਲਿਆ। ਇਹ ਇੱਕ ਸਪਸ਼ਟ ਮੰਨਤਾ ਦੇ ਆਧਾਰਿਤ ਹੈ ਕਿ ਅਨੁਸੂਚਿਤ ਜਾਤੀਆਂ ਹੁਣ ਇੱਕ ਸਮਾਨ ਸ਼੍ਰੇਣੀ ਨਹੀਂ ਹੈ ਕਿਉਂਕਿ ਉਹਨਾਂ ਦੇ ਵਿੱਚ ਪਛੜੇਪਣ ਦੀ ਹੱਦ ਤੇ ਪ੍ਰਗਤੀ ਦੇ ਪੱਧਰਾਂ ਦੇ ਵਿੱਚ ਵੱਖਰੇਵੇਂ ਨੇ। ਇਸ ਕੇਸ ਦੇ ਵਿੱਚ ਜੋ ਦਵਿੰਦਰ ਸਿੰਘ ਬਨਾਮ ਪੰਜਾਬ ਸਟੇਟ ਸੁਪਰੀਮ ਕੋਰਟ ਦੇ ਵਿੱਚ ਆਇਆ ਇਸ ਕੇਸ ਦੇ ਵਿੱਚ ਕਈ ਪੱਖ ਹੋਰ ਵੀ ਸਾਹਮਣੇ ਆਏ ਨੇ ਤੇ ਇਸ ਕੇਸ ਦੇ ਵਿੱਚ ਨਿਆਂਕ ਪਹੁੰਚ ਇੱਕੋ ਤਰਜ਼ ਦੇ ਤਰਕ ਦੀ ਪਾਲਣਾ ਕਰਦੀ ਪ੍ਰਤੀਤ ਹੁੰਦੀ ਹੈ ਅਨੁਸੂਚਿਤ ਜਾਤੀਆਂ ਤੇ OBC ਨੂੰ ਸੰਵਿਧਾਨਕ ਸਕੀਮ ਦੇ ਅੰਦਰ ਬਰਾਬਰ ਰੱਖ ਕੇ ਵੇਖਦੀ ਹੈ ਹਾਲਾਂਕਿ ਇਹਨਾਂ ਦੇ ਦਰਮਿਆਨ ਅਹਿਮ ਫਰਕ ਨੇ ਅਨੁਸੂਚਿਤ ਜਾਤੀਆਂ ਜੋ ਕਿ ਇਤਿਹਾਸਕ ਤੌਰ ਤੇ ਵਿਦਕਰੇ ਦਾ ਸ਼ਿਕਾਰ ਨੇ ਤੇ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ OBC ਵਿਚਕਾਰ ਅੰਤਰ ਮਹੱਤਵਪੂਰਨ ਹੈ OBC ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਨਾਲੋਂ ਵਧੇਰੇ ਭਿੰਨ ਤੇ ਵੰਸ ਬਣੀਆਂ ਸ਼੍ਰੇਣੀਆਂ ਦਾ ਨਿਰਮਾਣ ਕਰਦੇ ਨੇ ਇਸ ਤੋਂ ਇਲਾਵਾ OBC ਲਈ ਰਾਖਵਾਕਰਨ ਸ਼ਕਤੀ ਵੰਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਜਦੋਂ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਲਈ ਰਾਖਵੇਂਕਰਨ ਦਾ ਉਦੇਸ਼ ਸਮਾਜਿਕ ਭੇਦਭਾਵ ਨੂੰ ਉਲਟਾਉਣਾ ਤੇ ਮੌਕਿਆਂ ਦੀ ਬਰਾਬਰੀ ਨੂੰ ਵਧਾਉਣਾ ਹੈ ਪਹਿਲਾਂ ਦਾ ਉਦੇਸ਼ ਸ਼ਕਤੀ ਸੰਤੁਲਨ ਨੂੰ ਬਦਲਣਾ ਸੀ ਜਦੋਂ ਕਿ ਬਾਅਦ ਵਾਲੇ ਨੂੰ ਵਢੇਰੀ ਬਰਾਬਰੀ ਪ੍ਰਾਪਤ ਕਰਨ ਦੀ ਚਾਹਨਾ ਕੀਤੀ ਗਈ ਹੈ OBC ਦਾ ਵੱਡਾ ਹਿੱਸਾ ਮਹਿਰੂਮਾਂ ਦੇ ਵਿੱਚ ਆਉਂਦਾ ਪਰ ਉਹਨਾਂ ਦਾ ਤਜਰਬਾ ਬਾਕੀ ਦੋ ਸ਼੍ਰੇਣੀਆਂ ਨਾਲੋਂ ਵੱਖਰਾ ਹੈ ਅਦਾਲਤ ਨੇ OBC ਤੇ ਅਨੁਸੂਚਿਤ ਜਾਤੀਆਂ ਵਿੱਚ ਫਰਕ ਨੂੰ ਮਾਨਤਾ ਦਿੱਤੀ ਹੈ ਫਿਰ ਵੀ ਡੂੰਗੀ ਸਮਾਨਤਾ ਲਿਆਉਣ ਦੇ ਲਈ ਬਾਅਦ ਵਿੱਚ ਗਹਿਰੀ ਅਸਮਾਨਤਾ ਨੂੰ ਸਵੀਕਾਰ ਕਰਨ ਤੇ ਹੱਲ ਕਰਨ ਦੀ ਲੋੜ ਦਾ ਤਰਕ ਪੇਸ਼ ਕੀਤਾ ਹੈ ਹੰਦੂ ਕਾਰਵਾਈ ਦਾ ਹਾਂ ਪੱਖੀ ਕਾਰਵਾਈ ਦਾ ਨਿਆਇ ਸ਼ਾਸਤਰ ਰਸਮੇ ਬਰਾਬਰੀ ਦੀ ਧਾਰਨਾ ਤੋਂ ਅਸਲ ਬਰਾਬਰੀ ਤੱਕ ਲਗਾਤਾਰ ਵਿਕਸਤ ਹੋ ਰਿਹਾ ਹੈ ਜਿਦੋਂ ਕਿ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਬਹੁਤ ਸਾਰੇ ਨਵੇਂ ਸਵਾਲ ਵੀ ਸਾਹਮਣੇ ਆਏ ਨੇ ਕੇ ਅਨੁਸੂਚਿਤ ਜਾਤੀਆਂ ਦੇ ਪਛੜੇਪਣ ਜਾਂ ਅਗੜੇਪਣ ਦੇ ਪੱਧਰਾਂ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਵੇ ਕਿ ਕੋਈ ਤਰੱਕੀ ਜਾਫਤਾ ਹੋ ਗਿਆ ਜਾਂ ਬੈਕਵਾਰਡ ਹੋ ਗਿਆ ਉਹਦਾ ਮਿਆਰ ਕਿਵੇਂ ਤੈਅ ਹੋਵੇ ਇਸ ਤੋਂ ਅਗਾਹ ਕਿ ਸੂਬਾ ਸਰਕਾਰਾਂ ਦੀਆਂ ਤਰਜੀਹੀ ਨੀਤੀਆਂ ਦਾ ਸਿਧਾਂਤਕ ਫਲਸਫਾ ਤੇ ਡਿਜ਼ਾਈਨ ਕੀ ਹੋਵੇਗਾ ਅਨੁਸੂਚਿਤ ਜਾਤੀਆਂ ਦੀਆਂ ਅਨੁਭਵੀ ਹਕੀਕਤਾਂ ਦੀ ਵਿਆਪਕ ਜਨਗਣਨਾ ਦੀ ਅਣਹੋਂਦ ਦੇ ਵਿੱਚ ਅਨੁਸੂਚਿਤ ਜਾਤੀਆਂ ਲਈ ਉਪ ਵਰਗੀਕਰਨ ਇੱਕ ਵੱਡੀ ਚੁਣੌਤੀ ਹੋਵੇਗਾ ਇਹਦਰ ਸੌਨਲੀ ਕੇ ਸਮਾਜਿਕ ਆਰਥਿਕ ਅਸਮਾਨਤਾਵਾਂ ਬਾਰੇ ਸਬੂਤ ਦੀ ਲੋੜ ਹੁੰਦੀ ਹੈ ਜੋ ਕਿ ਮੁਕਾਬਲਤਨ ਆਰਥਿਕ ਤੌਰ ਤੇ ਵਿਕਸਤ ਨੇ ਉਹ ਸਮਾਜਿਕ ਵਿਤਕਰੇ ਤੋਂ ਪੀੜਤ ਨਹੀਂ ਹੈ ਪਰ ਕੇਂਦਰ ਸਰਕਾਰ ਆਮ ਤੌਰ ਤੇ ਆਮਦਨ ਦੌਲਤ ਅਤੇ ਰੁਜ਼ਗਾਰ ਦੇ ਅੰਕੜੇ ਕਰਨ ਪੇਸ਼ ਕਰਨ ਤੋਂ ਝਿਜਕਦੀ ਹੈ ਤੇ ਕਿਉਂਕਿ ਉਹ ਮਤਲਬ ਕਿਹੜਾ ਵਰਗ ਕਿੰਨਾ ਕ ਅਮੀਰ ਹੈ ਤੇ ਕਿੰਨੇ ਕੋ ਨੂੰ ਰੁਜ਼ਗਾਰ ਦੇ ਅੰਕੜੇ ਨੇ ਕਿੰਨੀਆਂ ਕੋ ਜਵਾਬਾਂ ਕਰਦੇ ਨੇ ਇਸ ਕਰਕੇ ਕੇਂਦਰ ਸਰਕਾਰ ਉਸ ਤੋਂ ਝਿਜਕਦੀ ਹੈ ਅਸਮਾਨਤਾਵਾਂ ਅਤੇ ਜਾਤੀ ਵਿਸ਼ੇਸ਼ਤਾ ਅੰਕੜਿਆਂ ਨੂੰ ਤਾਂ ਛੱਡ ਦਿਓ ਇਥੋਂ ਤੱਕ ਕਿ 2021 ਦਹਾਕੇ ਦੀ ਮਰਦਮਸ਼ੁਮਾਰੀ ਨੂੰ ਵੀ ਅਚਨਚੇਤ ਮੁਲਤਵੀ ਕਰਕੇ ਰੱਖਿਆ ਹੋਇਆ ਜੇ ਤੱਕ 24 ਆ ਗਿਆ ਤੇ ਜਿਸ ਕਰਕੇ ਵੱਖ-ਵੱਖ ਸਮੂਹਾਂ ਦੀ ਸਮਾਜਿਕ ਆਰਥਿਕ ਸਥਿਤੀ ਬਾਰੇ ਭਰੋਸੇਮੰਦ ਜਾਣਕਾਰੀ ਦੀ ਘਾਟ ਜਾਤਾਂ ਦੇ ਉਪ ਵਰਗੀਕਰਨ ਸਮੇਤ ਨੀਤੀ ਰਣਨਿਰਮਾਣ ਦੇ ਵਿੱਚ ਇੱਕ ਵੱਡੀ ਰੁਕਾਵਟ ਹੋਣ ਦੀ ਸੰਭਾਵਨਾ ਇਹ ਜਾਣਕਾਰੀ ਉਪ ਵਰਗੀਕਰਨ ਲਈ ਇੱਕ ਅਹਿਮ ਸ਼ਰਤ ਹੈ ਰਾਖਵਾਕਰ ਨੀਤੀਆਂ ਨੂੰ ਸੁਚਾਰੂ ਬਣਾਉਣਾ ਤੇ ਇਹਨਾਂ ਨੂੰ ਇਸ ਦੇ ਅਸਲ ਲੋੜਵੰਦਾਂ ਤੱਕ ਪਹੁੰਚਾਉਣ ਲਈ ਲਾਭਾਂ ਨੂੰ ਡੂੰਘਾ ਕਰਨਾ ਮਹੱਤਵਪੂਰਨ ਹੈ ਪਰ ਇਸ ਲਈ ਉਹਨਾਂ ਦੇ ਵਿੱਚ ਦਰਜਾਬੰਦੀ ਸਮਾਨਤਾ ਨੂੰ ਘਟਾਉਣ ਦੇ ਲਈ ਅਨਸੂਚਿਤ ਜਾਤੀਆਂ ਤੇ ਸਮਾਜਿਕ ਲਾਗਤ ਦੇ ਰੂਪ ਦੇ ਵਿੱਚ ਰਾਖਵਾਕਰਨ ਨੂੰ ਘਟ ਨਹੀਂ ਕਰਨਾ ਚਾਹੀਦਾ ਸਾਨੂੰ ਸਮਾਜਿਕ ਤੇ ਆਰਥਿਕ ਵਿਤਕਰੇ ਨੂੰ ਇਕਜੁੱਟ ਨਹੀਂ ਕਰਨਾ ਚਾਹੀਦਾ ਜਿਸ ਤੇ ਸਿੱਟੇ ਵੱਜੋਂ ਕੋਟੇ ਦੇ ਤਰਕ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਭਾਵੇਂ ਕਿ ਇਹ ਸਮਾਜਿਕ ਵਿਤਕਰਾ ਹੈ ਨਾ ਕਿ ਆਰਥਿਕ ਵਿਤਕਰਾ ਹੈ ਆਰਥਿਕ ਅਸਮਾਨਤਾਵਾਂ ਨੂੰ ਸਿੱਖਿਆ ਸਿਹਤ ਸੰਭਾਲ ਤੇ ਸਮਾਜਿਕ ਸੁਰੱਖਿਆ ਉਪਰਾਹਲਿਆਂ ਉੱਪਰ ਜ਼ਿਆਦਾ ਧਿਆਨ ਦੇ ਕੇ ਮੁਖਾਤਬ ਹੋਇਆ ਜਾ ਸਕਦਾ ਹੈ ਜਿਨ੍ਹਾਂ ਰਾਹੀਂ ਬਹੁਤ ਸਾਰੇ ਮੁਲਕਾਂ ਦੇ ਅੰਦਰ ਨਾਮ ਰੱਬੀ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਹੰਦਰੂ ਕਾਰਵਾਈ ਜਾਤੀ ਰਾਖਵਾ ਕਰਨਾ ਇਸ ਮੰਤਵ ਨਾਲ ਵਿੰਤੀ ਗਈ ਹੈ ਕਿ ਗੈਰ ਬਰਾਬਰਾਂ ਨੂੰ ਬਰਾਬਰੀ ਤੇ ਲਿਆਂਦਾ ਜਾਵੇ ਨਾ ਕਿ ਸਾਰਿਆਂ ਜਾਂ ਕਿਸੇ ਸਮੂਹ ਦੀ ਤਰਜੀਹ ਦੀ ਹਰੇਕ ਮੰਗ ਤੇ ਰਾਖਵਾ ਕਰਨ ਦਿੱਤਾ ਜਾਵੇ ਏਸੀ ਵਿਚਾਰ ਪ੍ਰੋਫੈਸਰ ਜੋਇਆ ਹਸਨ ਜੀ ਇਹ ਪ੍ਰੋਫੈਸਰ ਬੀਬੀ ਅ ਅਮੀਰੇਟਸ ਨੇ ਪ੍ਰੋਫੈਸਰ ਅਮੀਰੇਟਸ ਨੇ ਸੈਂਟਰ ਫਾਰ ਪੋਲਿਟিক্যাল ਸਟਡੀ ਜਵਾਰਲਨਰੀ ਯੂਨੀਵਰਸਿਟੀ ਦਿੱਲੀ ਦੇ ਨਾਲ ਸੰਬੰਧਿਤ ਨੇ ਪਰ ਹੁਣ ਤੁਸੀਂ ਵੇਖੋ ਕਿ ਇਸ ਸਾਰੇ ਦਾ ਹੱਲ ਕਿ ਕਿਹੜੇ ਭਾਈਚਾਰੇ ਕੋਲ ਕਿੰਨੀ ਜੌਬ ਹੈ ਕਿੰਨੀ ਜੌਬ ਨਹੀਂ ਹੈ ਤੇ ਇਸ ਦੇ ਲਈ ਜਿਹੜਾ ਹੱਲ ਇਹੀ ਹੈ ਕਿ ਜਾਤੀ ਅਧਾਰਿਤ ਜਨਗਣਨਾ ਹੋਵੇ ਕਿ ਐਸਸੀ ਦੇ ਵਿੱਚ ਐਸਟੀ ਦੇ ਵਿੱਚੋਂ ਵਾਲਮੇਕੀਆਂ ਦੇ ਵਿੱਚ ਪੰਡਤਾਂ ਦੇ ਵਿੱਚ ਜੱਟਾਂ ਦੇ ਵਿੱਚ ਜਾਂ ਕਿਹੜੀ ਜਾਤ ਦੇ ਵਿੱਚ ਕਿੰਨੇ ਲੋਕ ਨੇ ਇਸ ਵਕਤ ਤੇ ਕੀ ਉਹਨਾਂ ਦਾ ਰੋਜ਼ਗਾਰ ਹੈ ਤੇ ਕੀ ਉਹਨਾਂ ਦੇ ਆਰਥਿਕ ਵਸੀਲੇ ਨੇ ਪਰ ਗੱਲ ਇਹ ਹੈ ਕਿ ਅਸੀਂ ਤਾਂ ਹਲਫੀ ਬਿਆਨ 'ਚ ਵੀ ਝੂਠ ਬੋਲਦੇ ਆਂ ਅਸੀਂ ਤਾਂ ਲੋਕ ਰਜਿਸਟਰੀ ਇੰਤਕਾਲ ਕਰਾ ਕੇ ਵੀ ਮੁੱਕਰ ਜੰਨੇ ਆਂ ਹੁਣ ਇੱਕ ਮਾਸਟਰ ਆਉਣਗੇ ਜਨਗਣਨਾ ਕਰਨ ਉਹ ਮਾਸਟਰ ਜਿਹੜਾ ਪੁੱਛਣਗੇ ਹਾਂ ਤੁਹਾਡੇ ਭਾਈ ਕਿੰਨੇ ਮੈਂਬਰ ਨੇ ਕਿ ਉਹ ਜੌਬ ਕਰਦੇ ਨੇ ਉਹ ਕਹਣਗੇ ਨਹੀਂ ਜੀ ਜੌਬ ਨਹੀਂ ਕਰਦੇ ਉਹ ਨਹੀਂ ਜੌਬ ਕਰਦੇ ਲਿਖ ਕੇ ਲੈ ਜਾਊਗਾ ਉਹਦੇ ਕੋਲ ਕ੍ਰਾਸ ਚੈੱਕ ਲਈ ਕੀ ਡਾਟਾ ਜਨਗਣਨਾ ਪਾ ਕਹਿੰਦੇ ਰਹੇ ਜਨਗਣਨਾ ਪਹਿਲਾਂ ਵੀ ਹੋਈ ਜਦੋਂ ਪੰਜਾਬ ਚ ਜਨਗਣਨਾ ਹੋਈ ਤਾਂ ਕੁਝ ਕੱਟੜ ਹਿੰਦੂ ਭਾਈਚਾਰੇ ਨੇ ਆਪਣੀ ਭਾਸ਼ਾ ਹਿੰਦੀ ਲਿਖਾ ਦਿੱਤੀ ਬੋਲਦੇ ਪੰਜਾਬੀ ਸੀ ਤਾਂ ਜੋ ਹਿੰਦੀ ਬਹੁਗਿਣਤੀ ਵਸੂ ਨੂੰ ਵੱਧ ਦਿਖਾਇਆ ਜਾਵੇ ਖੈਰ ਜਿੰਨੀ ਦੇਰ ਤੱਕ ਸਾਡੇ ਕਿਰਦਾਰ ਦਰਸਤ ਨਹੀਂ ਹੁੰਦੇ ਉਨੀ ਦੇਰ ਤੱਕ ਅਸਲ ਸਰਦਾਰੀਆਂ ਨਹੀਂ ਆਉਣੀਆਂ ਸੋ ਕਿਰਦਾਰ ਤੁਸੀਂ ਵੇਖੋ ਕਿ ਸਾਡੇ ਤੇ ਗੋਰਿਆਂ ਦੇ ਕਿਰਦਾਰਾਂ 'ਚ ਕਿੰਨਾ ਫਰਕ ਹੈ ਅਸੀਂ ਤਾਂ ਮਿੰਟ 'ਚ ਝੂਠ ਬੋਲਦੰਨੇ ਆ ਮਿੰਟ 'ਚ ਸੌਂ ਚੁੱਕ ਜੰਨੇ ਆ ਸਾਡੇ ਤੇ ਸੀਐਮ ਸੌਂ ਚੁੱਕ ਜਾਂਦੇ ਨੇ ਪੀਐਮ ਝੂਠੀ ਸੌਂ ਚੁੱਕ ਜਾਂਦੇ ਨੇ ਕੀ ਕਰੋਗੇ ਕਿਸੇ ਦਾ ਖੈਰ ਇੱਕ ਹੋਰ ਰਿਪੋਰਟ ਆਈ ਹੈ ਜਿਹੜੀ ਆਉਣ ਵਾਲੇ ਸਮੇਂ ਦਾ ਭਵਿੱਖ ਦੱਸਦੀ ਆ ਕਿ ਜੇ ਬੱਚਿਆਂ ਦਾ ਦੇਖਿਆ ਜਾਵੇ ਤਾਂ ਸਿਰਫ ਪੰਜ ਰਾਜਾਂ ਦੇ 60% ਦੇ ਬੱਚੇ ਜਿਆਦਾ ਸਾਇੰਸ ਪੜ੍ਹਦੇ ਨੇ ਪੰਜਾਬ ਦੇ ਵਿੱਚ ਸਾਇੰਸ ਪੜ੍ਹਨ ਵਾਲੇ ਪਤਾ ਕਿੰਨੇ ਨੇ 16% ਤੇ ਪੰਜ ਸੂਬਿਆਂ ਦੇ ਵਿੱਚ ਸਾਇੰਸ ਪੜ੍ਹਨ ਵਾਲੇ 80-80% ਤੱਕ ਨੇ ਨਾਰਥ-ਈਸਟ ਦੇ ਵਿੱਚ ਕਿੰਨੇ ਪਰਸੈਂਟ ਸਾਇੰਸ ਪੜ੍ਹਦੇ ਨੇ ਤੇ ਸਾਡੇ ਕਿੰਨੇ ਪਰਸੈਂਟ ਸਾਇੰਸ ਪੜ੍ਹਦੇ ਨੇ ਬੜੇ ਕਮਾਲ ਦੇ ਅੰਕੜੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਸਿੱਖਿਆ ਮਾਮਲੇ 'ਚ ਵੀ ਦੋ ਇੰਡੀਆ ਨੇ ਇੱਕ ਇੰਡੀਆ ਕੇਵਲ ਸਾਇੰਸ ਪੜ੍ਹ ਰਿਹਾ ਤੇ ਉਥੇ ਵੱਡੀ ਸੰਖਿਆ ਚ ਡਾਕਟਰ ਨੇ ਇੰਜੀਨੀਅਰ ਨੇ ਉਹ ਅਜਿਹੇ ਪੇਸ਼ਿਆਂ ਦੀ ਕਤਾਰ ਦੇ ਵਿੱਚ ਉਹ ਸੂਬੇ ਮੂਹਰੇ ਖੜੇ ਹੋ ਰਹੇ ਨੇ ਦੂਸਰੇ ਪਾਸੇ ਦਾ ਇੰਡੀਆ ਆਰਟਸ ਤੇ ਕਮਰਸ ਪੜ ਰਿਆ ਅੰਕੜੇ ਗਵਾਹੀ ਦਿੰਦੇ ਨੇ ਕਿ ਆਂਧਰਾ ਤੇਲਗਾਨਾ ਤਾਮਿਲਨਾਡੂ ਅਤੇ ਯੂਪੀ ਵਰਗੇ ਸੂਬਿਆਂ ਦੇ ਵਿੱਚ 62 ਤੋਂ 78% ਤੱਕ ਵਿਦਿਆਰਥੀ ਸਿਰਫ ਸਾਇੰਸ ਪੜ ਰਹੇ ਨੇ ਯੂਪੀ ਤਾਮਿਲਨਾਡੂ ਤੇਲਗਾਨਾ ਤੇ ਆਂਧਰਾ ਮਤਲਬ ਨਾਰਥ ਵਾਲੇ ਸੂਬਿਆਂ ਚੋਂ ਯੂਪੀ ਜਿਹੇ ਸੂਬਾ ਜਿੱਥੇ ਜ਼ਿਆਦਾ ਬੱਚੇ ਬਾੜ ਤੋਂ 68% ਤੱਕ ਬੱਚੇ ਸਾਇੰਸ ਪੜ੍ਹ ਰਹੇ ਨੇ ਜਦੋਂ ਕਿ ਬੰਗਾਲ ਦੇ ਵਿੱਚ ਸਾਇੰਸ ਪੜ੍ਹਨ ਵਾਲੇ ਪਤਾ ਕਿੰਨੇ ਨੇ 14.5% ਪੰਜਾਬ ਦੇ ਵਿੱਚ 16.5% ਤੇ ਬੇहद ਘੱਟ ਵਿਦਿਆਰਥੀ ਸਾਇੰਸ ਸਟਰੀਮ ਲੈਂਦੇ ਨੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਦੇਸ਼ ਦੇ ਵਿੱਚ ਕੇਵਲ 3% ਵਿਦਿਆਰਥੀ ਵੋਕੇਸ਼ਨਲ ਕੋਰਸ ਕਰਦੇ ਨੇ ਜਿਹਦੇ ਵਿੱਚ ਕੁਝ ਨਾ ਕੁਝ ਵੋਕੇਸ਼ਨਲ ਤੁਹਾਨੂੰ ਸਿੱਖਿਆ ਮਿਲੀ ਸਿਰਫ 3% ਨੇ ਪਰ ਦੇ ਸਿੱਖਿਆ ਮੰਤਰਾਲੇ ਨੇ ਦੇਸ਼ ਪਰ ਦੇ ਸਾਰੇ ਬੋਰਡ ਦਾ ਵਿਸ਼ਲੇਸ਼ਣ ਦੇ ਵਿੱਚ ਇਹ ਗੱਲ ਪਾਈ ਹੈ ਕਿ ਹਾਇਰ ਸਕੈਂਡਰੀ ਪੱਧਰ ਤੇ ਜਿਹੜੇ ਸੂਬਿਆਂ ਦੇ ਵਿੱਚ ਸਾਇੰਸ ਆਰਟਸ ਤੇ ਕਮਰਸ ਸਟਰੀਮ ਦੇ ਵਿਦਿਆਰਥੀ ਨੇ ਉਹਨਾਂ ਦਾ ਸੰਤੁਲਨ ਠੀਕ ਨਹੀਂ ਰਿਹਾ ਸੋ ਇਹ ਅਸੰਤੁਲਨ ਰੋਜ਼ਗਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਾਨੀ ਕਿ ਇਸ ਦਾ ਸਾਡੇ ਰੋਜ਼ਗਾਰ ਤੇ ਵੀ ਬਹੁਤ ਅਸਰ ਪੈਂਦਾ ਉਹ ਅਸਰ ਮਾੜਾ ਵੀ ਹੈ ਤੇ ਚੰਗਾ ਵੀ ਹੈ ਉਹ 네ਗੇਟਿਵ ਵੀ ਹੈ ਤੇ ਪੋਜ਼ਿਟਿਵ ਵੀ ਹੈ ਸੋ ਗੱਲ ਇਹ ਆ ਜਿਵੇਂ ਹੁਣ ਬਹੁਤੇ ਤਾਂ ਵੈਸੇ ਅੰਗਰੇਜ਼ੀ ਪੜ੍ਹਨ ਮਾਮਲੇ 'ਚ ਹੁਣ ਤਾਂ ਚਲੋ ਅੰਗਰੇਜ਼ੀ ਰੋਜ਼ਗਾਰ ਦੀ ਬਾਦਸ਼ਾਹ ਹੋ ਗਈ ਹੈ ਵੈਸੇ ਬਹੁਤ ਸਾਰੇ ਬਜ਼ੁਰਗਾਂ ਨੂੰ ਅੱਜਕੱਲ ਦੇਖੀਦਾ ਪੂਰੇ ਐਨ ਅੰਗਰੇਜ਼ੀ ਦੇ ਟਿਪੀਕਲ ਲਫ਼ਜ਼ੋ ਬੋਲਣਗੇ ਕਿਉਂਕਿ ਘਰ 'ਚ ਅੰਗਰੇਜ਼ੀ ਵਰਤੀ ਜਾਂਦੀ ਹੈ ਦੂਸਰਾ ਪੰਜਾਬੀਆਂ ਦੀ ਅੰਗਰੇਜ਼ੀ ਨਾਲ ਘਟਣੀ ਹੈ ਖਾਸ ਕਰਕੇ ਪੰਜਾਬੀ ਮੁੰਡਿਆਂ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਹੈ ਪੰਜਾਬਣਾਂ ਅੰਗਰੇਜ਼ੀ ਜ਼ਿਆਦਾ ਬੋਲ ਲੈਂਦੀ ਹੈ ਨਾ ਪਰ ਪੰਜਾਬੀ ਨਾ ਪੰਜਾਬੀਆਂ ਦੀ ਅੰਗਰੇਜ਼ਾਂ ਨਾਲ ਬਣੀ ਹੈ ਨਾ ਅੰਗਰੇਜ਼ੀ ਨਾਲ ਬਣੀ ਹੈ ਖੈਰ ਇਸ ਸਿੱਖਿਆ ਮੰਤਰਾਲੇ ਨੇ ਵੱਖ-ਵੱਖ ਸੂਬਿਆਂ ਦਾ ਤੁਲਨਾਤਮਕ ਹਾਲਾਤ ਦੇ ਬਾਰੇ ਜਾਣੂ ਕਰਾਇਆ ਤੇ ਸੁਧਾਰ ਕਰਨ ਦੀ ਗੁੰਜਾਇਸ਼ ਬਾਰੇ ਉਹਨਾਂ ਨੂੰ ਸचेਤ ਕੀਤਾ ਮੰਤਰਾਲੇ ਦੀ ਸੂਚੀ ਦੇ ਮੁਤਾਬਕ ਕਿਸੇ ਵੀ ਸੂਬੇ ਦੇ ਵਿੱਚ ਸਾਇੰਸ ਤੇ ਵਿਦਿਆਰਥੀਆਂ ਦੀ ਘੱਟ ਰੁਚੀ ਲੈਣਾ ਤਾਂ ਉੱਥੇ ਫਿਰ ਇੰਜੀਨੀਅਰ ਤੇ ਡਾਕਟਰ ਕਿੱਥੋਂ ਆਣਗੇ ਜਦੋਂ ਤੁਸੀਂ ਸਾਇੰਸ ਹੀ ਨਹੀਂ ਪੜ੍ਹਦੇ ਇਸ ਅਸਾਸ ਤੇ ਵਿੱਚ ਇਸ ਬਾਰੇ ਸੁਚੇਤ ਕੀਤਾ ਗਿਆ ਕਿ ਜਿਹੜੇ ਸੁਬਾਂਚ ਸਾਇੰਸ ਦੀ ਪੜ੍ਹਾਈ ਘੱਟ ਹੋ ਰਹੀ ਹੈ ਉਸ ਖਿੱਤੇ ਦੇ ਮਾਪਿਆਂ ਨੂੰ ਜਾਂ ਉਸ ਖਿੱਤੇ ਦੇ ਸਕੂਲਾਂ ਵਾਲਿਆਂ ਨੂੰ ਜਾਂ ਉਸ ਖਿੱਤੇ ਦੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਇਹ ਸੁਚੇਤ ਕੀਤਾ ਗਿਆ ਜਿਵੇਂ ਤੁਸੀਂ ਵੇਖੋ ਕਿ ਇਹ ਨਹੀਂ ਕਿ ਬੰਗਾਲੀ ਮਿਹਨਤੀ ਨਹੀਂ ਹੈਗੇ ਬੰਗਾਲੀ ਸਭ ਤੋਂ ਜ਼ਿਆਦਾ ਲਿਟਰੇਚਰ ਪੜ੍ਹਦੇ ਨੇ ਬੰਗਾਲ ਆਰਟ ਵੱਲ ਜ਼ਿਆਦਾ ਆਇਆ ਤੇ ਬੰਗਾਲ ਦੇ ਵਿੱਚ ਸਿਰਫ 14.5 14% 14.6% ਦੇ ਬੱਚੇ ਸਾਇੰਸ ਪੜ੍ਹਦੇ ਨੇ ਤੇ ਇਵਨ ਬੰਗਾਲ ਦੇ ਨਾਲੋਂ ਪੰਜਾਬ 'ਚ 2% ਜ਼ਿਆਦਾ ਨੇ ਪੰਜਾਬ ਦੇ ਵਿੱਚ 16.4% ਬੱਚੇ ਸਾਇੰਸ ਸਟਰੀਮ ਲੈਂਦੇ ਨੇ ਜਦੋਂ ਕਿ ਆਂਧਰਾ ਤੇਲੰਗਾਨਾ ਤਾਮਿਲਨਾਡੂ ਤੇ ਯੂਪੀ ਇਹਨਾਂ ਸੂਬਿਆਂ ਦੇ ਵਿੱਚ ਸਾਇੰਸ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪਰਸੈਂਟੇਜ 62 ਤੋਂ 78% ਤੱਕ ਹੈ ਇਸ ਸਬੰਧੀ ਟੌਪ ਦੇ ਪੰਜ ਸੂਬੇ ਨੇ ਜਿੱਥੇ ਜ਼ਿਆਦਾ ਵਿਦਿਆਰਥੀ ਸਾਇੰਸ ਪੜ੍ਹਦੇ ਨੇ ਉਹ ਹੈ ਆਂਧਰਾ ਪ੍ਰਦੇਸ਼ ਦੇ ਵਿੱਚ 76% بچے ਸਾਇੰਸ ਲੈਂਦੇ ਨੇ ਮਨੀਪੁਰ ਦੇ ਵਿੱਚ 68.4% بچے ਸਾਇੰਸ ਪੜ੍ਹਦੇ ਨੇ ਤਾਮਿਲਨਾਡੂ ਦੇ ਵਿੱਚ 65.9% بچے ਸਾਇੰਸ ਪੜ੍ਹਦੇ ਨੇ ਤੇ ਤੇਲੰਗਾਨਾ ਦੇ ਵਿੱਚ 65.1% بچے ਸਾਇੰਸ ਦੇ ਵਿਦਿਆਰਥੀ ਨੇ ਈਵਨ ਉੱਤਰ ਪ੍ਰਦੇਸ਼ ਦੇ ਵਿੱਚ ਵੀ 62. ਬੱਚੇ ਸਾਇੰਸ ਪੜ੍ਹਦੇ ਨੇ ਯੋਗੀ ਦੇ ਰਾਜ ਦੇ ਵਿੱਚ ਸਾਧ ਸਰਕਾਰ ਭਾਵੇਂ ਸਾਧਾਂ ਦੀ ਇਸੀ ਤਰ੍ਹਾਂ ਟੌਪ ਦੇ 5 ਸੂਬੇ ਨੇ ਜਿੱਥੇ ਬੱਚੇ ਜ਼ਿਆਦਾ ਆਰਟਸ ਪੜ੍ਹਦੇ ਨੇ ਆਰਟਸ ਸਟਰੀਮ ਤੇ ਤਿਰਪੁਰਾ ਦੇ ਵਿੱਚ 84.8 ਬੱਚੇ 84.6 ਫੀਸਦੀ ਬੱਚੇ ਆਰਟਸ ਪੜ੍ਹਦੇ ਨੇ ਗੁਜਰਾਤ ਦੇ 82.8 ਫੀਸਦੀ ਬੱਚੇ ਆਰਟਸ ਪੜ੍ਹਦੇ ਨੇ ਮਹਾਂਗਾਲਿਆ ਦੇ 81.1 ਫੀਸਦੀ ਬੰਗਾਲ ਦੇ 78.4 ਫੀਸਦੀ ਤੇ ਅਸਾਮ ਦੇ 76.7 ਫੀਸਦੀ ਬੱਚੇ ਆਰਟਸ ਦੀ ਪੜਾਈ ਕਰਦੇ ਨੇ ਤੇਜਸੁਰਨ ਟੌਪ ਦੇ ਪੰਜ ਸੂਬੇ ਨੇ ਜਿੱਥੇ ਅ ਵਿਦਿਆਰਥੀ 10ਵੀਂ ਚ ਸਭ ਤੋਂ ਜ਼ਿਆਦਾ ਫੇਲ ਹੁੰਦੇ ਨੇ ਇਹ ਚ ਪੰਜਾਬੀ ਵੀ ਆਸੀ ਮੱਧ ਪ੍ਰਦੇਸ਼ ਦੇ ਵਿੱਚ 343453 ਬੱਚੇ ਫੇਲ ਹੋਏ 10ਵੀਂ ਚ ਬਿਹਾਰ ਦੇ ਵਿੱਚ 335250 ਬੱਚੇ ਇਹ ਸਾਰੇ ਬੋਰਡਾਂ ਦੇ ਨਤੀਜੇ ਨੇ CBSE ICSE ਸਾਰੇ ਮਿਲਾ ਕੇ ਉੱਤਰ ਪ੍ਰਦੇਸ਼ ਦੇ 295583 ਬੱਚੇ ਫੇਲ ਹੋਏ ਪੱਛਮੀ ਬੰਗਾਲ ਦੇ 122846 ਬੱਚੇ ਫੇਲ ਹੋਏ ਤੇ ਪੰਜਾਬ ਦੇ 10400 ਬੱਚੇ 10ਵੀਂ ਜਮਾਤ ਵਿੱਚੋਂ ਫੇਲ ਹੋ ਗਏ ਉਹ ਗੀਤ ਆਉਂਦਾ ਸੀ ਵੀ ਮੈਂ 16ਵੀਂ ਦੇ ਅੱਧ ਵਿੱਚਕਾਰੋਂ ਅਟ ਗਈ ਨਹੀਂ ਮੈਂ 12ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਇਸ ਤਰ੍ਹਾਂ ਦਾ ਗੀਤ ਹੈ ਮੈਂ 13ਵੀਂ ਦੇ ਅੱਧ ਵਿੱਚਕਾਰੋਂ ਹਟ ਗਈ ਨਹੀਂ ਮੈਂ 12ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਇਸ ਤਰ੍ਹਾਂ ਦਾ ਗੀਤ ਵੀ ਸੀਗਾ ਕਸਦੀਕ ਤੇ ਰਣਜੀਤ ਕੌਰ ਦਾ ਸੋ ਕਿ ਕਦੇ ਪੰਜਾਬੀਆਂ ਦੇ ਵਿੱਚ ਇਹ ਇੱਛਾ ਸੀ ਕਿ ਪੰਜਾਬੀ ਮੈਡਲ ਪਾਸ ਹੋਵੇ ਇਹਦੇ ਨਾਲ ਕੀ ਬਸਣਾ ਜਿਹਨੇ ਮੈਡਲ ਪਾਸ ਨਾ ਕੀਤੀ ਚਲੋ ਮੈਡਲ ਤਾਂ ਪਾਸ ਕਰ ਗਿਆ ਪਰ 10ਵੀਂ ਚ ਫੇਲ ਕਿਉਂਕਿ 10ਵੀਂ ਦਾ ਬੋਰਡ ਬਣ ਗਿਆ ਪਹਿਲਾਂ ਫੇਲ ਨਹੀਂ ਕੀਤਾ ਜਾਂਦਾ ਤੇ 10ਵੀਂ ਚ ਪਾਸ ਨਹੀਂ ਹੁੰਦੇ ਯਾਨੀ ਪੰਜਾਬ ਉਹਨਾਂ ਪੰਜ ਸੂਬਿਆਂ ਚ ਸ਼ਾਮਲ ਹੈ ਜਿੱਥੇ ਜ਼ਿਆਦਾ ਬੱਚੇ 10ਵੀਂ ਚੋਂ ਫੇਲ ਹੋਏ ਨੇ ਇਹਦੇ ਚ ਐਮਪੀ ਬਿਹਾਰ ਯੂਪੀ ਤੇ ਬੰਗਾਲ ਤੇ ਪੰਜਾਬ ਪੰਜ ਸੂਬੇ ਨੇ ਜਿੱਥੇ 10ਵੀਂ ਚ ਜ਼ਿਆਦਾ ਬੱਚੇ ਫੇਲ ਹੋ ਰਹੇ ਨੇ ਤੇ ਟੌਪ ਦੇ ਪੰਜ ਸੂਬੇ ਨੇ ਜਿੱਥੇ 12ਵੀਂ ਚੋਂ ਜ਼ਿਆਦਾ ਵਿਦਿਆਰਥੀ ਫੇਲ ਹੁੰਦੇ ਨੇ ਇੱਥੇ ਵੀ ਪੰਜਾਬ ਮੋਹਰੇ ਆ ਕਿਉਂਕਿ ਬੋਰਡ ਦਾ ਇਮਤਿਹਾਨ ਤਾਂ ਸਾਨੂੰ ਸਾਪ ਵਾਂਗੂ ਡੱਸਦਾ ਨਾ ਹਾਲਾਂਕਿ ਤੁਸੀਂ ਵੇਖੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪਿਛਲੇ ਸਮੇਂ ਬਦਨਾਮ ਬਹੁਤ ਹੋ ਗਿਆ ਸੀ ਆਸਟ੍ਰੇਲੀਆ ਨੇ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਸਕੂਲ ਬੋਰਡ ਵਾਲਿਆਂ ਨੂੰ ਤੇ ਟੌਪ ਦੇ 5 ਸੂਬਿਆਂ 'ਚ ਪੰਜਾਬ ਵੀ ਸ਼ਾਮਲ ਹੈ ਯੂਪੀ ਦੇ 592187 ਬੱਚੇ ਪਲੱਸ 2 'ਚ ਫੇਲ ਹੋਏ ਮੱਧ ਪ੍ਰਦੇਸ਼ ਦੇ 335247 ਸੀਪੀ ਸੀਬੀਐਸਸੀ ਦੇ ਵਿੱਚ ਸੀਪੀ ਸੀਬੀਐਸਸੀ ਦੇ ਵਿੱਚ 213500 51 ਬਿਹਾਰ ਦੇ ਵਿੱਚ 176582 ਤੇ ਪੰਜਾਬ ਦੇ 22098 ਬੱਚੇ ਪਲੱਸ 2 ਚ ਫੇਲ ਹੋਏ ਜਦੋਂ ਕਿ 10ਵੀਂ ਚੋਂ 10403 ਬੱਚੇ ਫੇਲ ਹੋਏ ਯਾਨੀ ਇਹ ਜੋ ਸਾਡਾ ਵਿਦਿਆਰਥੀਆਂ ਦਾ سلسلہ ਨਾ ਕੇ ਬੀਤੇ ਸਾਲ 10ਵੀਂ ਤੇ 12ਵੀਂ ਦੇ ਤਕਰੀਬਨ ਦੇਸ਼ ਭਰ ਦੇ ਵਿੱਚ 65 ਲੱਖ ਤੋਂ ਵੱਧ ਵਿਦਿਆਰਥੀ ਫੇਲ ਹੋਏ ਨੇ ਸੋ ਭਾਰਤ ਦੇ ਕੁੱਲ 56 ਸੂਬਾ ਬੋਰਡ ਤੇ ਤਿੰਨ ਕੌਮੀ ਬੋਰਡਾਂ ਦੇ ਕੁੱਲ 59 ਸਿੱਖਿਆ ਬੋਰਡਾਂ ਦੇ 10ਵੀਂ ਤੇ 12ਵੀਂ ਕਲਾਸ ਦੇ ਨਤੀਜਿਆਂ ਦਾ ਬਲੰਕਣ ਤੋਂ ਪਤਾ ਲੱਗਿਆ ਕਿ ਸਰਕਾਰੀ ਸਕੂਲਾਂ ਤੋਂ 12ਵੀਂ ਕਲਾਸ ਦੀ ਪ੍ਰੀਖਿਆ ਦੇ ਵਿੱਚ ਜ਼ਿਆਦਾ ਲੜਕੀਆਂ ਸ਼ਾਮਲ ਹੋਈਆਂ ਨੇ ਯਾਨੀ ਕਿ ਲੜਕੀਆਂ ਦੇਸ਼ ਭਰ ਚ ਜ਼ਿਆਦਾ ਪੜ ਰਹੀਆਂ ਨੇ ਪਰ ਸਰਕਾਰੀ ਸਹਾਤਾ ਪ੍ਰਾਪਤ ਸਕੂਲਾਂ ਦੀ ਸਥਿਤੀ ਇਸਦੇ ਉਲਟ ਹੈ ਉੱਥੇ ਲੜਕੇ ਜ਼ਿਆਦਾ ਨੇ ਸਿੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 10ਵੀਂ ਕਲਾਸ ਦੇ ਲਗਭਗ 33.50 ਲੱਖ ਵਿਦਿਆਰਥੀ ਅਗਲੀ ਕਲਾਸ 'ਚ ਨਹੀਂ ਪਹੁੰਚ ਸਕੇ ਇਹਨਾਂ 'ਚੋਂ 5.5 ਲੱਖ ਵਿਦਿਆਰਥੀਆਂ ਨੇ ਤਾਂ ਪ੍ਰੀਖਿਆ ਨਹੀਂ ਦਿੱਤੀ ਜਦੋਂ ਕਿ 28 ਲੱਖ ਵਿਦਿਆਰਥੀ ਫੇਲ ਹੋ ਗਏ ਇਸ ਤਰ੍ਹਾਂ 12ਵੀਂ ਕਲਾਸ ਦੇ ਲਗਭਗ 32.40 ਲੱਖ ਵਿਦਿਆਰਥੀ ਪਾਸ ਨਹੀਂ ਹੋ ਸਕੇ ਇਹਨਾਂ ਦੇ ਵਿੱਚੋਂ 5.20 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਨਹੀਂ ਦਿੱਤੀ ਜਦੋਂ ਕਿ 27 ਲੱਖ 20 ਹਜ਼ਾਰ ਵਿਦਿਆਰਥੀ ਫੇਲ ਹੋ ਗਏ ਨੇ 10ਵੀਂ ਕਲਾਸ ਦੇ ਵਿੱਚ ਉਹ ਕੇਂਦਰੀ ਬੋਰਡ ਦੇ ਵਿੱਚ ਵਿਦਿਆਰਥੀਆਂ ਦੀ ਫੇਲ ਦਰ 6% ਸੀ ਤੇ ਸੂਬਾ ਬੋਰਡ ਦੇ ਵਿੱਚ 16% ਹੈ ਜਦੋਂ ਕਿ 12ਵੀਂ ਜਮਾਤ ਦੇ ਵਿੱਚ ਇਹ ਦਰ ਘੱਟ ਮਾਰ 12 ਤੇ 18% ਹੈ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਕਲਾਸਾਂ ਦੇ ਵਿੱਚ ਓਪਨ ਸਕੂਲ ਦੀ ਕਾਰਗੁਜ਼ਾਰੀ ਵੀ ਮਾੜੀ ਰਹੀ ਹੈ 10ਵੀਂ ਕਲਾਸ ਦੇ ਵਿੱਚ ਫੇਲ ਹੋਣ ਵਾਲੇ ਸਭ ਤੋਂ ਵੱਧ ਵਿਦਿਆਰਥੀ ਮੱਧ ਪ੍ਰਦੇਸ਼ ਬੋਰਡ ਦੇ ਨੇ ਤੇ ਉਸ ਤੋਂ ਮਗਰੋਂ ਬਿਹਾਰ ਤੇ ਯੂਪੀ ਦੇ ਨੰਬਰ ਸੀ ਹਾਲਾਂਕਿ ਲੰਘੇ ਸਾਲ 2023 ਦੇ ਵਿੱਚ ਇਹ ਅੰਕੜੇ ਨੇ ਕਿ ਦੇਸ਼ ਦੇ 65 ਤੋਂ ਜਿਹੜੇ 65% ਦੀ 65 ਲੱਖ ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ 10ਵੀਂ ਤੇ 12ਵੀਂ ਦੀ ਪ੍ਰੀਖਿਆ ਨਹੀਂ ਕਰ ਸਕੇ ਪਾਸ ਤੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਹ ਜਾਣਕਾਰੀਆਂ ਕੱਲ ਨਸ਼ਰ ਕੀਤੀਆਂ ਨੇ ਸੋ ਇਸ ਤਰ੍ਹਾਂ ਦਾ ਐਜੂਕੇਸ਼ਨ ਦਾ سلسلہ ਆ ਉਮੀਦ ਆ ਤੁਹਾਨੂੰ ਇਹ ਰਿਪੋਰਟ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਐ ਸ਼ੇਅਰ ਤੇ ਸਾਂਝੀ ਜ਼ਰੂਰ ਕਰਿਓ ਯਾਨੀ ਕਿ ਪੰਜਾਬ ਦੇ ਤੇ ਬੰਗਾਲ ਦੇ ਬੱਚੇ ਸਿਰਫ 14 ਤੇ 16 ਫੀਸਤੀ ਨੇ ਸਾਡੇ ਆਰਟਸ ਸਟਰੀਮ ਜਾਂ ਕਮਰਸ ਵਗੈਰਾ ਜ਼ਿਆਦਾ ਪੜ੍ਹੀ ਜਾਂਦੀ ਐ ਆਰਟਸ ਹੀ ਪੰਜਾਬ ਦੇ ਜ਼ਿਆਦਾ ਪੜਾਏ ਜਾਂਦਾ ਮੁੰਡੇ ਤਾਂ ਜ਼ਿਆਦਾ ਹੀ ਹਿਊਮਨਿਟਿਜ਼ ਗਰੁੱਪ ਹੀ ਲੈਂਦੇ ਨੇ ਆਰਟਸ ਗਰੁੱਪ ਹੀ ਅਸੀਂ ਤਾਂ ਆਪ ਆਰਟਸ ਵਾਲੇ ਆ ਕਿਉਂਕਿ ਨਾਲ ਧੁਰਮ ਆਉਂਦੀਆਂ ਸੀ ਤੇ ਨਾਲ ਜਵਰਾ ਆਉਂਦਾ ਸੀ ਨਾ ਉਹ ਰਸਾਇਣਿਕ ਕਿਰਿਆ ਆਉਂਦੀ ਸੀ ਹਾਂ दारू ਕੱਢਣ ਦੀ ਰਸਾਇਣ ਪੰਜਾਬੀਆਂ ਨੂੰ ਖੂਬ ਆਉਂਦੀ ਹੈ ਕਿ ਕਿੰਨਾ ਗੋੜ ਪੈਂਦਾ ਕਿੰਨਾ ਤਰਫਲਾ ਪੈਂਦਾ ਉੱਥੇ ਪੰਜਾਬੀਆਂ ਦੀ ਸਾਇੰਸ ਪੂਰੀ ਚੱਲਦੀ ਹੈ ਪਰ ਪੰਜਾਬੀ ਆਰਟਸ ਨੂੰ ਤਵੱਜੋਂ ਦਿੰਦੇ ਨੇ ਹੈਨਾ ਸੋ ਇਸ ਕਰਕੇ ਬੰਗਾਲ ਨੂੰ ਰਵਿੰਦਰਨਾਥ ਟੈਗੋਰ ਉਹਨਾਂ ਨੂੰ ਨੋਬਲ ਵੀ ਆਰਟਸ ਦੇ ਖੇਤਰ 'ਚੋਂ ਹੀ ਮਿਲਿਆ ਨਾ ਖੈਰ ਸੋ ਆਪਣੀ ਆਪਣੀ ਫਿਤਰਤ ਹੁੰਦੀ ਹੈ ਤੁਸੀਂ ਕਿਵੇਂ ਕਹਿ ਦੋਗੇ ਕਿ ਇਹ ਵਰਗ ਵੰਡਣੀ ਹੈ ਹੁਣ ਸਾਊਥ ਵਾਲੇ ਨੇ ਜ਼ਿਆਦਾ ਉਹ ਸਾਇੰਸ ਟ੍ਰੀਮ ਵੱਲ ਨੇ ਉਹ ਨਾ ਮੈਂ ਨਾ ਸੌਫਟਵੇਅਰ ਡਵੈਲਪ ਕਰਦੇ ਨੇ ਤੇ ਸਾਡੇ ਵਾਲਾਂ ਦੇ ਬਿਜ਼ਨਸ ਹੋਰ ਤਰ੍ਹਾਂ ਦੇ ਨੇ ਸਾਡੇ ਵਾਲੇ ਦੇਸ਼ ਲਈ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਨੇ ਹੈ ਨਾ ਜੁਰਤਮੰਦ ਨੇ ਜੁਝਾਰੂ ਨੇ ਧਰਨੇ ਜਲਸੇ ਲਾਉਣ ਵਾਲੇ ਆਸੀਂ ਲੋਕ ਗੁਜਰਾਤੀ ਹੋਰ ਤਰ੍ਹਾਂ ਦੇ ਨੇ ਬੰਗਾਲੀ ਹੋਰ ਤਰ੍ਹਾਂ ਦੇ ਨੇ ਸੋ ਬੰਦੇ ਬੰਦੇ ਤੇ ਮਨਸਰ ਕਰਦਾ ਜਿਹਨੂੰ ਅੰਗਰੇਜ਼ੀ ਚ ਪਰਸਨ ਟੂ ਪਰਸਨ ਵੈਰੀ ਕਰਨਾ ਕਹਿੰਦੇ ਨੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਇਹ ਪ੍ਰੋਮ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ ਇਸ ਪ੍ਰੋਮ ਦਾ ਲਿੰਕ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਨੰਬਰ ਹੈ 9876096559876309655 ਲੋ ਜੀ ਆਪਣੇ ਨਾਲ ਮਾਸਟਰ ਜੀ ਜੁੜ ਚੁੱਕੇ ਨੇ ਰਵੀ ਸ਼ਰਮਾ ਸਾਹਿਬ ਹਨੂਮਾਨਗੜ੍ਹ ਰਾਜਸਥਾਨ ਤੋਂ ਨਮਸਕਾਰ ਸასი ਗਾਲ ਨਮਸਕਾਰ ਸასი ਗਾਲ ਸਰ ਜੀ ਇਹ ਸਰ ਚਲੋ ਥੈਂਕ ਯੂ ਵੈਰੀ ਮਚ ਬਹੁਤ ਵਧੀਆ ਤੁਸੀਂ ਸੂਬੇ ਵਾਇਸ ਦੱਸਤਾ ਵੀ ਕਿੱਥੇ ਕੀ ਹੈ ਰਿਜ਼ਲਟ ਪਰ ਦੇਖਿਆ ਜਾਵੇ ਤਾਂ ਇਹ ਏਰੀਆ ਦੇ ਹਿਸਾਬ ਨਾਲ ਵੀ ਬੜਾ ਫਰਕ ਪੈਂਦਾ ਹੈਗਾ ਜਿਵੇਂ ਕਿ ਰਾਜਸਥਾਨ ਸਟੇਟ ਬਹੁਤ ਵੱਡਾ ਹੂੰ ਤੇ ਸਦੀਆਂ ਤੋਂ ਇਹਨਾਂ ਮੰਨ ਲਓ ਜਿਵੇਂ ਇੱਕ ਪਰੰਪਰਾ ਜੀ ਚੱਲੀ ਆਉਂਦੀ ਹੈ ਪਤਾ ਨਹੀਂ ਉਹ ਮਿੱਟੀ ਦੇ ਵਿੱਚ ਕੁਝ ਹੁੰਦਾ ਜਾਂ ਕੋਈ ਸੰਸਕ੍ਰਿਤੀ ਐਦਾਂ ਦੀ ਹੁੰਦੀ ਹੈ ਜਿਵੇਂ ਕਿ ਸਾਡੇ ਦੋ ਜ਼ਿਲ੍ਹੇ ਆ ਸਿਕਰ ਤੇ ਝੁੰਜ ਨੂੰ ਹੂੰ ਜਿਹੜੇ ਕਿ ਹਰਿਆਣਾ ਬਾਰਡ ਦੇ ਨਾਲ ਲੱਗਦੇ ਉਧਰੋਂ ਛੱਡਦੇ ਵਾਲੇ ਪਾਸੇ ਦਿੱਲੀ ਨੇੜੇ ਆ ਜਾਂਦਾ ਹੂੰ ਤਾਂ ਉਹ ਬੱਚਾ ਬਚਪਨ ਸਿਉ ਨੂੰ ਆਇਆ ਹੁੰਦਾ ਬਸ ਮੈਂ ਆਰਮੀ ਚ ਜਾਣਾ ਹਾਂ ਰਾਜਸਥਾਨ ਚ ਕਿਉਂਕਿ ਰਾਜਪੂਤੀ ਖੋਨ ਵੀ ਹੈ ਨਾ ਹਾਂਜੀ ਤੇ ਉਹ ਬੱਚੇ ਕੀ ਹੈ ਨਾ ਜਿਹੜੇ ਮੰਨ ਲਓ ਕਿ ਕਿੰਨੇ ਇੰਟੈਲੀਜੈਂਟ ਬੱਚਾ ਉਹਨਾਂ ਨੂੰ ਕੋਈ ਸਾਂਸਤਾ ਹੀ ਮਤਲਬ ਨਹੀਂ ਕੋਈ ਆਰਸਤਕ ਮਤਲਬ ਨਹੀਂ ਜਿਵੇਂ ਕਿਸੇ ਬੱਚ ਨੂੰ ਤੁਸੀਂ ਪੁੱਛੋ ਤਾਂ ਉਹ ਜਿੰਨੀਆਂ ਵੀ ਆਰਮੀ ਅਕੈਡਮੀਆਂ ਆ ਨਾ ਆਫੀਸਰ ਬਣਾਉਂਦੇ ਆ ਭਾਵੇਂ ਉਹ ਆਪਣੇ 에어 ਫੋਰਸ ਦੇ ਆਫੀਸਰ ਆ ਜਾਂ ਕੋਈ ਨੇਵੀ ਦੇ ਵੱਡੇ ਆਫੀਸਰ ਵੀ 90% ਉੱਥੋਂ ਦੇ ਆ ਮਤਲਬ ਸਿੱਕਰ ਝੁੰਝ ਨੂੰ ਦੇ ਰਾਜਸਥਾਨ ਦੇ ਟੋਟਲ ਦੇ ਵਿੱਚ ਹਾਂ ਰਾਜਪਥਾਨਾ ਰੈਜiment ਵੀ ਤਾਂ ਹੀ ਮਸ਼ਹੂਰ ਆ ਨਾ ਕਿਉਂਕਿ ਉਹ ਤੁਹਾਡੇ ਕਲਚਰ ਚ ਨੇ ਉਹ ਚੀਜ਼ਾਂ ਹਾਂਜੀ ਤੇ ਇਧਰ ਸਾਡੇ ਵਾਲੇ ਚੀਜ਼ ਹੈ ਨਹੀਂ ਮਤਲਬ ਉਹ ਇੱਥੋਂ ਸਾਡੇ ਤੋਂ ਮੰਨ ਲਓ ਤੁਸੀਂ 250 ਕਿਲੋਮੀਟਰ ਦੂਰ ਪੈਂਦੇ ਦੋਨੇ ਡਿਸਟ੍ਰਿਕਟ ਉਹ ਅੱਛਾ ਇਸੇ ਤਰ੍ਹਾਂ ਜਿਹੜਾ ਸਾਊਥ ਵਾਲਾ ਏਰੀਆ ਕਿਉਂਕਿ ਮੈਨੂੰ ਜਾਣ ਦਾ ਮੌਕਾ ਮਿਲਿਆ ਇੱਕ ਦੋ ਵਾਰੀ ਉਧਰ ਚਤੌੜਗੜਾ ਉਦੇਪੁਰ ਸਾਈਡ ਬਿਲਕੁਲ ਜਿਹੜਾ ਗੁਜਰਾਤ ਦੇ ਨਾਲ ਲੱਗਦਾ ਏਰੀਆ